ਕਿ ਕੁੜੀਆਂ ਵਾਸਤੇ ਪੰਜਾਬ ਪੁਲਿਸ ਦੀ ਨੌਕਰੀ ਚੰਗੀ ਨਹੀਂ, ਇਕੁਐਲਿਟੀ ਨਹੀਂ ਹੋ ਰਹੀ, ਕੁੜੀਆਂ ਨੂੰ ਪ੍ਰਿਵਿਲੇਜ ਕਿਉਂ ਦਿੱਤੀ ਜਾ ਰਹੀ? ਵੁਮੈਨ ਰਾਈਟ ਦਾ ਨਹੀਂ ਹੈ ਇਹ ਮੁੱਦਾ, ਹਿਊਮਨ ਰਾਈਟ। ਪੁਲਿਸ ਦੇਖਦੇ ਹਾਂ ਆਪਾਂ ਡਰ ਬੈਠੇ ਹੁੰਦੇ, ਜਦਕਿ ਆਪਾਂ ਨੂੰ ਸਾਈ ਆਫ ਰਿਲੀਫ ਹੋਣਾ ਚਾਹੀਦਾ ਵੀ ਹਾਂ ਪੁਲਿਸ ਲੜਕੀਆਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਆਫਟਰ 6 PM ਜਾਂ ਲੇਟ ਨਾਈਟ। ਉਹ ਬਾਹਰ ਡੇਲੀ 86 ਰੇਪ ਕੇਸਿਸ ਆ ਰਹੇ ਨੇ ਔਨ ਡੇਲੀ ਬੇਸਿਸ। ਇਹ ਇਹੋ ਜਿਹੇ ਕੇਸਿਸ ਨੇ 10% ਜਿਹੜੇ ਰਿਪੋਰਟ ਹੋ ਰਹੇ ਨੇ, 90% ਆਫ ਦ ਕੇਸਿਸ ਇਹੋ ਜਿਹੇ ਹਨ ਜਿਹੜੇ ਰਿਪੋਰਟ ਨਹੀਂ ਹੋ ਰਹੇ। ਮਤਲਬ ਸੇਫ ਫੀਲ ਨਹੀਂ ਹੁੰਦਾ ਜਾਂ ਸੁਸਾਇਟੀ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਤੁਹਾਨੂੰ ਮਿਲਵਾਉਣ ਜਾ ਰਿਹਾ ਸਬ ਇੰਸਪੈਕਟਰ ਸ਼ਿਵਾਨੀ ਔਰ ਸਬ ਇੰਸਪੈਕਟਰ ਸੁਮਨ ਦੇ ਨਾਲ, ਜੋ ਕਿ AAA ਬ੍ਰਾਈਟ ਅਕੈਡਮੀ ਦੀ ਹੀ ਵਿਦਿਆਰਥੀ ਨੇ। ਇਹਨਾਂ ਨੇ 3-3 ਐਗਜ਼ਾਮ ਕਲੀਅਰ ਕੀਤੇ ਨੇ ਅਤੇ ਫਾਈਨਲੀ ਇਹਨਾਂ ਨੇ ਜੁਆਇਨ ਕੀਤਾ ਹੈ ਪੰਜਾਬ ਪੁਲਿਸ ਐਜ਼ ਅ ਸਬ ਇੰਸਪੈਕਟਰ। ਸਭ ਤੋਂ ਪਹਿਲਾਂ ਤਾਂ ਤੁਹਾਡਾ ਦੋਨਾਂ ਦਾ ਸਵਾਗਤ ਹੈ AAA ਬ੍ਰਾਈਟ ਅਕੈਡਮੀ ਦੇ ਯੂਟਿਊਬ ਚੈਨਲ 'ਤੇ। ਥੈਂਕ ਯੂ ਸਰ। ਸਭ ਤੋਂ ਪਹਿਲਾਂ ਸਵਾਲ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਵੀ ਤੁਸੀਂ ਦੋਨੋਂ ਆਲਰੇਡੀ ਗਵਰਮੈਂਟ ਜੋਬ ਦੇ ਵਿੱਚ ਸੀਗੀ, ਸੈਟਿਸਫਾਈ ਸੀਗੀ, ਤਾਂ ਉਸ ਜੋਬ ਨੂੰ ਛੱਡ ਕੇ ਤੁਸੀਂ ਪੰਜਾਬ ਪੁਲਿਸ ਨੂੰ ਹੀ ਕਿਉਂ ਚੁਣਿਆ? ਸਰ, ਮੈਂ ਇਸਦਾ ਜਵਾਬ ਤੁਹਾਨੂੰ ਸਟੈਟਿਸਟੀਕਲ ਡਾਟਾ ਨਾਲ ਦੇਣਾ ਚਾਹਾਂਗੀ। ਸਰ, ਜਿਵੇਂ ਟੋਟਲ ਪਾਪੂਲੇਸ਼ਨ ਦਾ ਜੋ 48% ਹੈ ਉਹ ਆਪਣੇ ਵੁਮੈਨਸ ਦਾ ਹੈ, ਬਟ ਸਟਿਲ ਆਫਟਰ 6 PM ਜੋ ਅੱਧੀ ਪਾਪੂਲੇਸ਼ਨ ਲਈ ਆ ਉਹ ਕਰਫਿਊ ਲੱਗ ਜਾਂਦਾ ਹੈ। ਸੋ ਉਹਨਾਂ ਲੜਕੀਆਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਆਫਟਰ 6 PM ਜਾਂ ਲੇਟ ਨਾਈਟ, ਉਹ ਬਾਹਰ ਨਹੀਂ ਜਾ ਸਕਦੀਆਂ। ਸੋ ਸਰ, ਵੁਮੈਨ ਨੂੰ ਮਤਲਬ ਸੇਫ ਫੀਲ ਨਹੀਂ ਹੁੰਦਾ ਜਾਂ ਸੁਸਾਇਟੀ ਹੀ ਕੁਛ ਇਸ ਤਰੀਕੇ ਦੀਆਂ? ਈਵਨ ਕੱਲ੍ਹ ਮੇਰੇ ਕੋਲ ਇੱਕ ਇਨਕੁਆਇਰੀ ਆਈ ਸੀਗੀ, ਇੱਕ ਕੁੜੀ ਦੇ ਨਾਲ ਪੇਰੈਂਟਸ ਆਏ ਸੀਗੀ, ਕੁੜੀ ਦੀ ਹਾਈਟ ਬਹੁਤ ਹੀ ਚੰਗੀ ਸੀ, ਲਗਭਗ 5'7" ਜਾਂ 5'8" ਹੋਣੀ, ਤਾਂ ਮੈਂ ਉਹਨਾਂ ਨੂੰ ਆਉਂਦੇ ਹੀ ਕਿਹਾ ਵੀ ਪੰਜਾਬ ਪੁਲਿਸ ਜਿਹੜੀ ਹੈ 10,000 ਪੋਸਟ ਕੱਢਣ ਵਾਲੀ ਹੈ ਅਤੇ ਤੁਸੀਂ ਆਪਣੀ ਬੇਟੀ ਨੂੰ ਪੰਜਾਬ ਪੁਲਿਸ ਦੀ ਤਿਆਰੀ ਕਰਵਾਓ। ਅਤੇ ਪੇਰੈਂਟਸ ਦਾ ਮੈਨੂੰ ਕੀ ਰਿਪਲਾਈ ਆਇਆ ਕਿ ਕੁੜੀਆਂ ਵਾਸਤੇ ਪੰਜਾਬ ਪੁਲਿਸ ਦੀ ਨੌਕਰੀ ਚੰਗੀ ਨਹੀਂ ਹੈ, ਫਿਰ ਤੁਸੀਂ ਕਿਉਂ ਜੁਆਇਨ ਕੀਤਾ ਪੰਜਾਬ ਪੁਲਿਸ? ਜਿੱਥੇ ਤੱਕ ਹੈ ਸੋਸਾਇਟੀ ਦੇ ਵਿੱਚ ਜੇ ਦੇਖੀਏ ਆਪਾਂ, ਅਕੋਰਡਿੰਗ ਟੂ ਸਟੈਟਿਸਟਿਕਸ ਡੇਲੀ 86 ਰੇਪ ਕੇਸਿਸ ਆ ਰਹੇ ਨੇ ਔਨ ਡੇਲੀ ਬੇਸਿਸ। ਇਹ ਇਹੋ ਜਿਹੇ ਕੇਸਿਸ ਨੇ 10% ਜਿਹੜੇ ਰਿਪੋਰਟ ਹੋ ਰਹੇ ਨੇ, 90% ਆਫ ਦ ਕੇਸਿਸ ਇਹੋ ਜਿਹੇ ਹਨ ਜਿਹੜੇ ਰਿਪੋਰਟ ਹੀ ਨਹੀਂ ਹੋ ਰਹੇ ਹੈਗੇ। ਅਤੇ ਜਦ ਤੱਕ ਵਿਮੈਨਸ ਹੀ ਇੰਨੇ ਫੋਰਸ ਦਾ ਪਾਰਟ ਨਹੀਂ ਹੋਣਗੀਆਂ ਤਾਂ ਨੋਰਮਲ ਗਰਲਸ ਕਿੱਦਾਂ ਸੇਫ ਫੀਲ ਕਰਨਗੀਆਂ? ਜੇ ਵਿਮੈਨ ਫੋਰਸ ਦਾ ਪਾਰਟ ਬਣਨਗੇ ਤਾਂ ਆਟੋਮੈਟਿਕਲੀ ਨਫ਼ਰੀ ਵਧੇਗੀ, ਤਾਂ ਵਿਮੈਨ ਕੰਫਰਟੇਬਲ ਫੀਲ ਕਰਨਗੀਆਂ ਵੁਮੈਨ ਨੂੰ ਅਪਰੋਚ ਕਰਨਾ, ਉਹਨਾਂ ਨੂੰ ਸੌਖਾ ਹੋ ਜਾਏਗਾ ਥਾਣਿਆਂ ਨੂੰ। ਜਿਹੜੀ ਸੁਸਾਇਟੀ ਹੈ ਇੱਕ ਪੁਲਿਸ ਫੀਅਰਿੰਗ ਸੁਸਾਇਟੀ ਬਣ ਚੁੱਕੀ ਹੈ, ਆਪਾਂ ਪੁਲਿਸ ਦੇਖਦੇ ਹਾਂ ਆਪਾਂ ਡਰ ਬੈਠ ਜਾਂਦਾ, ਜਦਕਿ ਆਪਾਂ ਨੂੰ ਸਾਈ ਆਫ ਰਿਲੀਫ ਹੋਣਾ ਚਾਹੀਦਾ ਵੀ ਹਾਂ ਪੁਲਿਸ ਇਜ਼ ਦੇਅਰ ਫੋਰ ਅਸ। ਪੰਜਾਬ ਗੌਰਮੈਂਟ ਨੇ ਵੁਮੈਨ ਐਮਪਾਵਰਮੈਂਟ ਨੂੰ ਲੈ ਕੇ ਬਹੁਤ ਸਾਰੇ ਠੋਸ ਕਦਮ ਚੱਕੇ ਨੇ, ਜਿਵੇਂ ਪੰਜਾਬ ਗੌਰਮੈਂਟ ਦੇ ਵਿੱਚ ਕੁੜੀਆਂ ਨੂੰ 33% ਕੋਟਾ ਦਿੱਤਾ ਹੋਇਆ, ਬੱਸ ਸਰਵਿਸ ਦਿੱਤੀ ਹੋਈ ਹੈ, ਤਾਂ ਕੁਛ ਮੁੰਡੇ ਇਸ ਚੀਜ਼ ਨਾਲ ਖਫਾ ਵੀ ਹੈ ਵੀ ਇੱਥੇ ਇਕੁਐਲਿਟੀ ਨਹੀਂ ਹੋ ਰਹੀ, ਕੁੜੀਆਂ ਨੂੰ ਪ੍ਰਿਵਿਲੇਜ ਕਿਉਂ ਦਿੱਤੀ ਜਾ ਰਹੀ ਹੈ? ਸਰ, ਇਹ ਮੁੱਦਾ ਵੁਮੈਨ ਰਾਈਟ ਦਾ ਨਹੀਂ ਹੈ, ਇਹ ਮੁੱਦਾ ਹਿਊਮਨ ਰਾਈਟ ਦਾ ਹੈ। ਸਰ, ਜਿਵੇਂ ਕਹਿਣ ਨੂੰ ਤਾਂ ਆਪਾਂ ਚੰਦ ਤੱਕ ਪਹੁੰਚ ਗਏ, ਬਟ ਕੁੜੀਆਂ ਹਜੇ ਵੀ ਘਰ ਦੇ ਕਿਚਨ ਤੱਕ ਹੀ ਸੀਮਿਤ ਨੇ, ਅਤੇ ਵਰਕ ਪਲੇਸ 'ਤੇ ਘਰ 'ਤੇ ਘਰਾਂ ਦੇ ਵਿੱਚ ਮਤਲਬ ਕੁੜੀਆਂ ਨੂੰ ਦਬਾਇਆ ਜਾਂਦਾ ਹੈ। ਸਰ, ਅਸੀਂ ਹਰ ਜਗ੍ਹਾ ਜਿਵੇਂ ਵੁਮੈਨ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਸਕੀਮਸ ਆਈਆਂ ਨੇ ਲਾਈਕ ਕਿ ਵੁਮੈਨ ਇੰਪਾਵਰਮੈਂਟ, ਬਟ ਸਟਿਲ ਸਰ ਉਨੇ ਗਰਾਊਂਡਸ 'ਤੇ ਵੁਮੈਨ ਇੰਪਾਵਰਮੈਂਟ ਹੋ ਨਹੀਂ ਰਹੀ। ਸਰ, ਲਾਈਕ ਜਿਵੇਂ ਆਪਣੀ ਯੂ ਨੋ ਪ੍ਰੈਜੈਂਟ ਜਨਰੇਸ਼ਨ ਐਂਡ ਦ ਹੋਲ ਸੁਸਾਇਟੀ ਇਜ਼ ਬਿਜ਼ੀ ਟੂ ਵਰਕ ਔਨ ਅ ਵੁਮੈਨ ਇੰਪਾਵਰਮੈਂਟ, ਬਟ ਇਨ ਮੋਸਟ ਆਫ ਦ ਕੇਸਿਸ ਐਜ਼ ਅ ਸੁਸਾਇਟੀ ਵੀ ਫੇਲ ਟੂ ਟੀਚ ਅ ਮੈਨ ਹਾਊ ਟੂ ਲਿਵ ਵਿਦ ਇੰਪਾਵਰਡ ਵੁਮੈਨ। ਸਰ, ਮੈਂ ਇਸ ਵਿੱਚ ਐਡ ਔਨ ਕਰਨਾ ਚਾਹੂੰਗੀ ਕਿ ਜਿੰਨੀਆਂ ਵੀ ਰਜਿਸਟਰੀਆਂ ਹੋ ਰਹੀਆਂ ਨੇ, 2% ਆਫ ਰਜਿਸਟਰੀਜ ਸਿਰਫ ਵੁਮੈਨ ਦੇ ਨਾਮ 'ਤੇ ਹੋ ਰਹੀਆਂ ਨੇ, ਜਸਟ ਫੋਰ ਇੱਕ ਰਿਬੇਟ ਮਿਲਦੀ ਹੈ ਜਿਹੜੀ ਸਿਰਫ ਉਸ ਕਰਕੇ, ਨਹੀਂ ਤਾਂ ਵੁਮੈਨ ਦੇ ਨਾਮ 'ਤੇ ਕੋਈ ਰਜਿਸਟਰੀ ਵੀ ਨਹੀਂ ਕਰਾ ਰਿਹਾ। ਓਵਰ ਟੋਟੈਲਿਟੀ 'ਚ ਇੱਕ ਸਿਰਫ ਰਿਬੇਟ ਲਈ 2% ਹੋ ਰਹੀਆਂ ਨੇ, ਤਾਂ ਵੀ ਕੈਨ ਥਿੰਕ ਅਦਰ। ਐਂਡ ਆਪਣੇ ਪਾਰਲੀਮੈਂਟ 'ਚ ਓਨਲੀ 12% ਆਫ ਕੰਟਰੀਬਿਊਸ਼ਨ ਵਿਮੈਨ ਕੰਟਰੀਬਿਊਸ਼ਨ ਹੈ, ਅਤੇ ਜੇ ਹੁਣ ਵਿਮੈਨ ਇੰਨਾ ਘੱਟ ਕੰਟਰੀਬਿਊਸ਼ਨ ਹੈ ਤਾਂ ਵਿਮੈਨ ਨੂੰ ਅੱਗੇ ਆਉਣਾ ਪਊਗਾ ਫੋਰਸ 'ਚ ਵੀ,
ਹਰ ਸੁਸਾਇਟੀ ਦੇ ਹਰ ਆਸਪੈਕਟ 'ਚ ਅੱਗੇ ਆਉਣਾ ਪਊਗਾ। ਅਤੇ ਗਵਰਨਮੈਂਟ ਨੇ ਜੋ ਇਹ ਸਟੈਪ ਲਿਆ 33% ਆਫ ਰਿਜ਼ਰਵੇਸ਼ਨ ਟੂ ਵੂਮੈਨ, ਇਟਸ ਅ ਵੈਰੀ ਪ੍ਰੋਗਰੈਸਿਵ ਸਟੈਪ ਟੂਵਰਡਸ ਅ ਪ੍ਰੋਗਰੈਸਿਵ ਸੁਸਾਇਟੀ। ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਵੂਮੈਨ ਸੇਫਟੀ ਨੂੰ ਲੈ ਕੇ ਤੁਸੀਂ ਕੀ ਕਦਮ ਚੱਕਣਾ ਚਾਹੋ? ਸਰ, ਵੈਸੇ ਆਪਾਂ ਗੱਲ ਕਰਦੇ ਹਾਂ ਵੀ ਬੇਟੀ ਪੜ੍ਹਾਓ ਅਤੇ ਬੇਟੀ ਬਚਾਓ, ਬਟ ਇਹ ਉਲਟਾ ਹੋਣਾ ਚਾਹੀਦਾ ਵੀ ਬੇਟੇ ਨੂੰ ਪੜ੍ਹਾਓਗੇ ਤਾਂ ਬੇਟੀ ਬਚੇਗੀ। ਇਟਸ ਵੈਰੀ ਇੰਪੋਰਟੈਂਟ ਟੂ ਐਜੂਕੇਟ ਅ ਸਨ। ਜੇ ਬੇਟੇ ਨੂੰ ਪੜ੍ਹਾਇਆ ਜਾਊਗਾ, ਉਹਨੂੰ ਪਤਾ ਹੋਊਗਾ ਕਿੱਦਾਂ ਰਿਸਪੈਕਟ ਕਰਨੀ ਹੈ, ਤਾਂ ਬੇਟੀ ਆਟੋਮੈਟਿਕਲੀ ਬਚੇਗੀ। ਸਰ, ਇੱਥੇ ਪਰਵਰਿਸ਼ ਦਾ ਵੀ ਬਹੁਤ ਵੱਡਾ ਰੋਲ ਹੈ ਵੀ ਆਪਾਂ ਕਿੱਦਾਂ ਆਪਣੇ ਬੱਚਿਆਂ ਦੀ ਅਪਬ੍ਰਿੰਗਿੰਗ ਕਰ ਰਹੇ ਹਾਂ। ਸਰ, ਜਿਵੇਂ ਅਗਰ ਬਚਪਨ 'ਚ ਕੋਈ ਲੜਕਾ ਰੋਂਦਾ ਹੈ ਤਾਂ ਉਹਨੂੰ ਇਹੀ ਬੋਲਿਆ ਜਾਂਦਾ ਕਿ ਤੂੰ ਕੁੜੀਆਂ ਵਾਂਗ ਰੋ ਰਿਹਾ ਹੈ, ਵੀ ਮੁੰਡੇ ਰੋਂਦੇ ਨਹੀਂ। ਸਰ, ਇੱਥੇ ਇਹ ਦਿਖਾਇਆ ਜਾ ਰਿਹਾ ਕਿ ਉਸਦੀ ਸਾਈਕੋਲੋਜੀ ਇੱਦਾਂ ਬਣਾ ਦਿੱਤੀ ਗਈ ਕਿ ਕੁੜੀਆਂ ਵੀਕ ਹੁੰਦੀਆਂ ਨੇ, ਤਾਂ ਉਹ ਬਚਪਨ ਤੋਂ ਹੀ ਇੱਦਾਂ ਸੋਚਦਾ ਆ ਕਿ ਕੁੜੀਆਂ ਵੀਕ ਹੁੰਦੀਆਂ। ਸਰ, ਮੈਂ ਤਾਂ ਉਸ ਰਾਈਟਰ ਨਾਲ ਵੀ ਖਫਾ ਹੈ ਜਿਸਨੇ ਇਹ ਲਿਖਿਆ, ਖੂਬ ਲੜੀ ਮਰਦਾਨੀ ਵੋ ਤੋ ਝਾਂਸੀ ਵਾਲੀ ਰਾਣੀ ਥੀ। ਸਰ, ਉਹ ਮਰਦਾਂ ਵਾਂਗ ਨਹੀਂ ਲੜੀ, ਉਹ ਕੁੜੀਆਂ ਵਾਂਗ ਹੀ ਲੜੀ ਸੀ, ਉਹ ਬਹੁਤ ਸਟਰੋਂਗ ਲੇਡੀ ਸੀ। ਜਿਵੇਂ ਮੈਮ ਨੇ ਕਿਹਾ ਵੀ ਅਪਬ੍ਰਿੰਗਿੰਗ ਮੁੰਡਿਆਂ ਦੀ ਕਿੱਦਾਂ ਹੋ ਰਹੀ ਹੈ, ਮੁੰਡਿਆਂ ਦੀ ਬਚਪਨ ਤੋਂ ਇੱਕ ਸਾਈਕੋਲੋਜੀ ਇੱਦਾਂ ਦੀ ਬਣਾ ਦਿੱਤੀ ਜਾਂਦੀ ਹੈ ਵੀ ਕੁੜੀਆਂ ਤੋਂ ਵੀਕ ਨੇ, ਅਤੇ ਕੁੜੀਆਂ ਵੀ ਇਹੀ ਮੰਨਣ ਲੱਗ ਜਾਂਦੀਆਂ ਦੈਟ ਵੀ ਆਰ ਵੀਕਰ ਦੈਨ ਦੈਟ। ਤਾਂ ਸਭ ਤੋਂ ਇੰਪੋਰਟੈਂਟ ਇਹੀ ਹੈ ਵੀ ਇਸ ਪ੍ਰੋਗਰੈਸਿਵ ਸੁਸਾਇਟੀ ਵੱਲ ਜਾਵਾਂਗੇ ਤਾਂ ਜੇ ਸਾਈਕੋਲੋਜੀ ਚੇਂਜ ਕਰੀਏ ਆਪਾਂ ਛੋਟੇ ਹੁੰਦਿਆਂ ਤੋਂ ਹੀ। ਸਰ, ਜਿੱਦਾਂ ਇਹ ਜੋ ਮਾਇੰਡ ਸੈੱਟ ਹੈ ਇਹ ਬੈਡ ਐਲੀਮੈਂਟਸ ਨੂੰ ਅੱਗੇ ਬੜਾਵਾ ਦਿੰਦਾ ਹੈ, ਜਿੱਦਾਂ ਡੋਮੈਸਟਿਕ ਵਾਇਲੈਂਸ, ਰੇਪ ਕੇਸ, ਫਿਰ ਪਹਿਲਾਂ ਨਿਰਭਿਆ ਰੇਪ ਕੇਸ, ਕਠੂਆ ਰੇਪ ਕੇਸ, ਔਰ ਹੁਣ ਜੋ ਰੀਸੈਂਟ ਚੱਲ ਰਿਹਾ ਕੋਲਕਾਤਾ ਰੇਪ ਕੇਸ। ਈਵਨ ਇੱਕ ਫੀਮੇਲ ਡਾਕਟਰ ਆਪਣੀ ਵਰਕ ਪਲੇਸ 'ਤੇ ਸੇਫ ਨਹੀਂ ਹੈ, ਜੋ ਦੂਜਿਆਂ ਦੀ ਲਾਈਫ ਬਚਾ ਰਿਹਾ, ਅੱਜ ਉਹਦੀ ਲਾਈਫ ਚਲੀ ਗਈ ਸਿਰਫ ਆਪਣੀ ਡਿਊਟੀ ਨਿਭਾਉਂਦੇ। ਅਤੇ ਵੂਮੈਨ ਸੇਫਟੀ ਨੂੰ ਲੈ ਕੇ ਤੁਹਾਡੇ ਮਾਇੰਡ ਦੇ ਵਿੱਚ ਕੀ ਸਲਿਊਸ਼ਨ ਹੈ, ਤੁਸੀਂ ਕਿਆ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋਗੇ? ਸਰ, ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਐਂਡ ਅਵੇਅਰਨੈਸ ਆਫ ਮੇਲ ਐਂਡ ਫੀਮੇਲ ਬੋਥ, ਦੇ ਆਰ ਵੈਰੀ ਇੰਪੋਰਟੈਂਟ। ਇੱਕ ਵਿਮੈਨ ਨੂੰ ਆਪਣੇ ਰਾਈਟਸ ਦਾ ਪਤਾ ਹੋਣਾ ਚਾਹੀਦਾ ਵੀ ਸਾਡੇ ਕੀ ਰਾਈਟਸ ਐਂਡ ਡਿਊਟੀਜ਼ ਬਣਦੀਆਂ ਨੇ। ਸਰ, ਇਹ ਜੁਆਇੰਟ ਰਿਸਪੋਂਸੀਬਿਲਿਟੀ ਆ ਮੈਨ ਐਂਡ ਵੂਮੈਨ ਦੋਨਾਂ ਦੀ, ਔਰ ਸਰ, ਵੂਮੈਨ ਨੂੰ ਖੁਦ ਆਪਣੇ ਲਈ ਆਵਾਜ਼ ਉਠਾਉਣੀ ਪਏਗੀ। ਅਗਰ ਉਹਨਾਂ ਨਾਲ ਕੋਈ ਵਾਇਲੈਂਸ ਹੋ ਰਿਹਾ ਘਰ ਦੇ ਵਿੱਚ ਜਾਂ ਬਾਹਰ, ਤਾਂ ਉਹਨਾਂ ਨੂੰ ਖੁਦ ਅੱਗੇ ਆ ਕੇ ਰਿਪੋਰਟ ਕਰਨੀ ਪਏਗੀ। ਸਰ, ਪੁਲਿਸ ਫੋਰਸ ਨੂੰ ਜੁਆਇਨ ਕਰਨ ਦਾ ਇੱਕ ਮੋਟਿਵ ਇਹ ਵੀ ਸੀ ਕਿ ਅਸੀਂ ਜੋ ਲਾਅ ਐਂਡ ਆਰਡਰ ਹੈ ਉਸਨੂੰ ਹੋਰ ਐਫੀਸ਼ੈਂਟਲੀ ਇਨਫੋਰਸ ਕਰਨ ਦੀ ਆਪਣੇ ਵੱਲੋਂ ਹੀ ਕੋਸ਼ਿਸ਼ ਕਰ ਸਕੀਏ। ਸਰ, ਮੇਰਾ ਇੱਕ ਐਕਸਪੀਰੀਅੰਸ ਹੈ, ਜਦੋਂ ਮੇਰਾ ਪਤਾ ਲੱਗਿਆ ਵੀ ਮੇਰੀ ਸਿਲੈਕਸ਼ਨ ਹੋ ਗਈ ਹੈ, ਤਾਂ ਮੇਰੇ ਬਹੁਤੇ ਲੋਕਾਂ ਨੇ ਮੈਨੂੰ ਇਹ ਚੀਜ਼ ਸੁਣਨ ਨੂੰ ਆਈ ਵੀ ਤੂੰ ਇੱਕ ਸਿਵਲ ਡਿਪਾਰਟਮੈਂਟ 'ਚ ਹੈ, ਵਧੀਆ ਜੋਬ ਹੈ, ਟੈਨਸ਼ਨ ਫਰੀ ਹੈ, 9 to 5 ਜੋਬ, ਸੈਟਰਡੇ ਸੰਡੇ ਆਫ ਹੈ, ਤੂੰ ਕਿਉਂ ਟੈਨਸ਼ਨ ਵਾਲੀ ਜੋਬ 'ਚ ਜਾ ਰਹੀ ਹੈ, 24/7 ਡਿਊਟੀ? ਪਰ ਕਿਤੇ ਨਾ ਕਿਤੇ ਉਹ ਮਨ 'ਚ ਸੀਗਾ ਵੀ ਇੱਕ ਜਿਹੜੀ ਹੈਗੀ ਆਪਾਂ ਆਪਣੇ ਵੱਲੋਂ ਵੀ ਇੱਕ ਚਾਹੇ ਮਾਈਨਿਊਟ ਕੰਟਰੀਬਿਊਸ਼ਨ ਹੀ ਹੋਈ ਹੈ, ਟੋਟੈਲਿਟੀ ਤਾਂ ਇੱਕ ਮਾਈਨਿਊਟ ਕੰਟਰੀਬਿਊਸ਼ਨ ਹੈ, ਐਜ਼ ਐਨ ਸਬ ਇੰਸਪੈਕਟਰ ਅਸੀਂ ਕੰਟਰੀਬਿਊਟ ਕਰ ਸਕੀਏ ਟੂਵਰਡਸ ਅ ਬੈਟਰਮੈਂਟ ਆਫ ਦ ਸੁਸਾਇਟੀ। ਫੈਮਿਨਿਜ਼ਮ ਇੱਕ ਵਿਚਾਰਧਾਰਾ ਹੈ, ਇਹ ਸਿਰਫ ਇਕੱਲੀ ਕੁੜੀਆਂ ਦੀ ਰਿਸਪੋਂਸਿਬਿਲਿਟੀ ਨਹੀਂ ਹੈ, ਇਹ ਸਭ ਦੀ ਸਾਂਝੀ ਰਿਸਪੋਂਸਿਬਿਲਿਟੀ ਹੈ। ਇੱਥੇ ਮੈਨੂੰ ਦੋ ਗੱਲਾਂ ਯਾਦ ਆ ਰਹੀਆਂ, ਡੋਮੈਸਟਿਕ ਵਾਇਲੈਂਸ ਅਤੇ ਰੇਪ ਇੱਕ ਮਾਨਸਿਕ ਬਿਮਾਰੀ ਹੈ, ਇਕੱਲੀ ਕੁੜੀ ਇੱਕ ਮੌਕਾ ਨਹੀਂ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਤਾਂ ਇਹ ਸੀਗੇ ਸਬ ਇੰਸਪੈਕਟਰ ਸੁਮਨ ਅਤੇ ਸਬ ਇੰਸਪੈਕਟਰ ਸ਼ਿਵਾਨੀ, ਜਿਹੜੀ ਕਿ ਟ੍ਰਿਪਲੇ ਬ੍ਰਾਈਟ ਅਕੈਡਮੀ ਦੀ ਸਟੂਡੈਂਟ ਹੈ, ਅਤੇ ਮੈਨੂੰ ਮਾਣ ਹੈ ਕਿ ਮੇਰੇ ਸਟੂਡੈਂਟ ਪੰਜਾਬ ਪੁਲਿਸ ਦੇ ਵਿੱਚ ਜੁਆਇਨ ਕਰ ਰਹੇ ਹੈ ਅਤੇ ਇਹਨਾਂ ਦੀ ਇੰਨੀ ਸੋਹਣੀ ਵਿਚਾਰਧਾਰਾ ਹੈ। ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ, ਅਤੇ ਤੁਹਾਡਾ ਇੱਕ ਵਾਰ ਮੈਂ ਫਿਰ ਤੋਂ ਧੰਨਵਾਦ ਕਰਨਾ ਚਾਹੂੰਗਾ। ਥੈਂਕ ਯੂ ਵੈਰੀ ਮੱਚ।